ਘੁੰਮਣ ਵਾਲਾ ਟੈਚੀ ਉਹ ਪਿਓ ਦੀ ਧੋਤੀ 'ਚ ਕੱਪੜੇ ਬੰਨ ਕੇ ਪਰੌਣੇ ਜਾਣ ਵਾਲੇ ਹੋ ਗਰੀਬ ਆਦਮੀ ਘੁੰਮਣ ਵਾਲਾ ਤੁਸੀਂ ਗੱਲ ਕਰੋ ਮੈਂ ਜਰਾ ਬੰਨ ਕੇ ਆਉਣਾ ਓਏ ਗੱਲ ਸੁਣੋ ਭਾਈ ਤੂੰ ਮੈਨੂੰ ਬੰਨਣ ਆ ਗਿਆ ਹੈ ਅਸਲ ਲੇਕਿਨ ਨਹੀਂ ਵਿਆਹ ਤੇ ਮੈਂ ਕਿਹਾ ਜਾਣਾ ਪਤਾ ਨਹੀਂ ਲੱਗਾ ਵੀ ਤਮਈਓ ਭਰਾ ਆਇਆ ਹਾਂ ਆਹੋ ਲੇਕਿਨ ਤੁਸੀਂ ਲੇਟ ਹੋ ਗਏ ਹੋ ਵਿਆਹ ਤੇ ਹੋ ਗਏ ਹੈ ਹੈ ਹਾਂਜੀ ਤੇ ਦੁਬਾਰਾ ਕਰ ਲਓ ਕੀ ਹੋ ਗਿਆ ਉਹ ਵਿਆਹ ਅੱਜ ਕੱਲ ਕਿਹੜਾ ਪਤਾ ਲੱਗਦਾ ਵੀ ਇੱਕ ਘੰਟਾ ਦਾ ਕਿਹੜਾ ਹੋਟਲ 'ਚ ਜਾ ਕੇ ਬਾਜੀ ਜੀ ਦਾ ਕੀਤਾ ਉਹ ਪਹਿਲਾਂ ਏਡਾ ਔਖਾ ਹੋਇਆ ਵਿਚਾਰੇ ਦਾ ਮੈਂ ਇੱਥੇ ਜਿਹੜਾ ਵਿਆਹ ਆ ਗਿਆ ਐ ਨੇ ਉਹ ਮੈਂ ਤੇਰਾ ਵਿਆਹ ਆ ਜੀ ਬੱਚੀ ਏਡੀ ਡਿਫਾਲਟਰ ਸੀ ਜਿਹੜੀ ਇਹਨੂੰ ਦੇਤੀ ਬੱਚੀ ਤੇ ਚੰਗੀ ਸੀ ਅੱਬਾ ਉਹਦਾ ਡਿਫਾਲਟਰ ਨਿਕਲਿਆ ਓਕੇ 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 ਮੈਂ ਸਮਝਿਆ ਤੇਰੀ ਸਾਈਡ ਤੇ ਲਾਈਟ ਗਈ ਨਹੀਂ ਇਹ ਪਿੱਛੇ ਕਬਰਸਤਾਨ ਨਾ ਬਿਜੂ ਸ਼ਿਜੂ ਨਿਕਲਦੇ ਰਹਿੰਦੇ ਕੀ ਹਾਲ ਹੈ ਭਾਜੀ ਠੀਕ ਹੈ ਭਾਈ ਤੁਸੀਂ ਸੁਣਾਓ ਮੈਂ ਕਿਹਾ ਭਾਜੀ ਜੇ ਤੁਹਾਡੀ ਅੱਖਾਂ ਦੇ ਸਾਹਮਣੇ ਪਾਣੀ ਗਰਮ ਕਰੀਏ ਤੇ ਨਾ ਲੋਗੇ ਭਾਈ ਮੇਰੀ ਗੱਲ ਹੈ ਪਾਣੀ ਜੋ ਭਾਵਾ ਨਿਕਲਦੀਆਂ ਹੋਣਗੀਆਂ ਜੀ ਕੀ ਨਾ ਜੇ ਲਾਂਗਾ ਰਿਸ਼ਤਾ ਦੇ ਦੇਗਾ ਫਿਰ ਓ ਯਾਰ ਓ ਭਾਈ ਸਾਹਿਬ ਕਹਿੰਦੇ ਜਾਵੇ ਕੋਈ ਡਾਕਟਰ ਆ ਦੇ ਮੇਰੇ ਕੋ ਟਾਈਮ ਨਹੀਂ ਹੈ ਮੈਂ ਵਾਪਸ 에어ਪੋਰਟ ਪਹੁੰਚ ਰਿਹਾ ਉਹ ਦਿੱਲੀ ਆ ਭਾਜੀ ਤੇ ਆ ਲੇਟ ਹੋ ਗਿਆ ਮੈਂ ਪਤਾ ਨਹੀਂ ਹੁਣ ਨਿਕਲ ਜਾਣਾ ਕਿ ਲੇਟ ਆਇਆ ਭਾਜੀ ਗੱਲ ਸੁਣੋ ਹਾਂਜੀ ਐ ਸਾਰੇ ਤੁਸੀਂ ਆ ਇਹ ਹੈ ਨਹੀਂ ਆ ਇੱਧਰ ਓਏ ਓਏ ਕਿਉਂ ਉਹ ਜੀ ਪੁੱਛਿਆ ਮੈਂ ਤਾਂ ਘਰ ਵਾਲੀ ਜ਼ਿੰਮੇਵਾਰੀ ਵੀ ਆਪ ਹੀ ਲਈ ਓਏ ਇੱਧਰ ਆਇਆ ਡੱਡੂ ਦੇ ਛੇ ਦੇ ਡੱਡੂ ਚਾਰਜਰ ਤੁਹਾਡਾ ਵੀ ਆ ਗਿਆ ਭਾਜੀ ਹਾਂਜੀ ਭਾਈ ਮੁਬਾਰਕ ਹੋਵੇ ਬੜੀ ਮਿਹਰਬਾਨੀ ਤੁਸੀਂ ਐ ਗਰਮੀਆਂ ਦੀ ਕੱਟ ਗਏ ਬੜੀ ਗੱਲ ਹੈ ਯਾਰ ਇਹਦਾ ਵਿਆਹ ਹੀ ਹੋ ਗਿਆ ਹਾਂਜੀ ਤਾਂ ਵੇਖੋ ਅੰਦਰ ਨਾੜ ਹੀ ਕੋਈ ਨਹੀਂ ਸਾਰਾ ਧਾਗੇ ਦਾ ਕੰਮ ਹੋਇਆ ਇੰਜ ਕਰਕੇ ਡਾ ਕਮਜ਼ੋਰ ਹੈ ਹਾਂਜੀ ਸੀਲ ਕੁੱਕੜ ਤੇ ਬਹਿ ਕੇ ਪਿਓ ਦੇ ਕਤਲ ਦਾ ਬਦਲਾ ਲੈ ਚਲਾ ਗਿਆ ਜਾ ਕੇ ਕਹਿੰਦਾ ਬਾਹਰ ਨਿਕਲੋ ਦੁਸ਼ਮਣਾ ਉਹਨਾਂ ਨੇ ਨਾਲੇ ਇਹਨੂੰ ਮਾਰੇ ਨਾਲੇ ਇਹਦੇ ਘੋੜੇ ਚਾਲੂ ਪਾ ਲੈ ਉੱਤੋਂ ਕਹਿੰਦਾ ਬੰਦੇ ਬਹੁਤ ਨੇ ਘੋੜਾ ਛੋਰੇ ਵਾਲਾ ਕਰ ਲਓ ਜਦੋਂ ਪੈਦਾ ਹੋਇਆ ਏਡਾ ਕਮਜ਼ੋਰ ਸੀ ਨਾ ਹੀ ਇਹਨੂੰ ਮੁਸਲਮਾਨ ਕਰਨ ਆਇਆ ਦੀ ਧੌਣ ਲਾਉਣ ਲੱਗਾ ਸੀ ਇਹ ਤਾਂ ਵਿਚਾਰਾ ਰੋਇਆ ਤੇ ਇਹਨੂੰ ਪਤਾ ਲੱਗਾ ਵੀ ਮੂੰਹ ਇੱਧਰ ਹੈ ਇਹਦੇ ਆਪੇ ਨੂੰ ਪੁੱਛਿਆ ਚਾਚਾ ਮੁੰਡੇ ਦਾ ਮੂੰਹ ਕਿੱਧਰ ਹੈ ਕਹਿੰਦਾ ਪੁੱਤਰ ਮੈਂ ਵੀ ਨਹੀਂ ਵੇਖਿਆ ਤੂੰ ਦੋਵਾਂ ਸਾਡੇ ਤੋਂ ਥੋੜਾ ਥੋੜਾ ਲਾ ਦੇ ਭਾਜੀ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਕੱਟਾ ਸੀ 1947 ਤੋਂ ਪਹਿਲੇ ਉਦੋਂ ਕਦੀ ਨਹਾਤੇ ਹੋਵੋ ਨਹੀਂ ਮੇਰਾ ਫਿਰ ਨਹੀਂ ਨਹੀਂ ਯਾਦ ਨਹੀਂ ਨਹੀਂ ਇਹ ਉਹ ਬੰਦਾ ਨਹੀਂ ਸ਼ਰਾਬ ਪੀ ਕੇ ਕੁਕੜੀਆਂ ਦੇ ਖੁੱਡੇ 'ਚ ਵੜ ਗਿਆ ਕਹਿੰਦਾ ਅੱਜ ਇਸ ਤਾਈ ਲੁੱਟਾਂ ਦੇ ਕੀ ਕਰ ਰਹੇ ਹੋ ਭਾਜੀ ਮੱਲਾ ਜੀ ਪਿਸਤੌਲ ਲਾ ਕੇ ਫਿਰਦਾ ਹੀ ਕਿਉਂ ਮੈਂ ਤਾਂ ਪਿਸਤੌਲ ਤੇ ਰੱਖੀ ਕਹਿੰਦਾ ਮੱਲਾ ਜੀ ਮੇਰੀ ਦੁਸ਼ਮਣੀ ਮੈਂ ਕਿਹਦੇ ਨਾਲ ਕਹਿੰਦਾ ਮੱਲਕਾ ਨੇ ਬਚਕਾ ਰੱਖੀ ਆ ਮੈਨੂੰ ਲੰਘਣ ਨਹੀਂ ਦਿੰਦੀਆਂ ਮੈਂ ਨਾ ਮਾਦੇ ਚੱਲਣਾ ਭਾਜੀ ਤੁਸੀਂ ਇਸ ਘਰ ਦੇ ਪਹਿਨੋ ਹੀ ਹੋ ਹਾਂ ਮੇਰੇ ਕੋਲ ਗਲਤੀ ਹੋਈ ਹੈ ਯਾਰ ਤੁਸੀਂ ਚੱਲਣਾ ਭਾਜੀ ਓਏ ਕਿਰਾਇਆ ਦੇ ਦੇ ਓਏ ਓਏ ਬਾਂਦਰੀ ਲੰਗੀ ਲਈ ਡਰਾਈ ਭਾਈ ਇਹ ਬਹੁਤ ਤਮੀਜ਼ ਆ ਤੁਹਾਨੂੰ ਆਇਆ ਲੈਣਾ ਜ਼ਰੂਰ ਆ ਭਾਜੀ ਇਹ ਦੇਖੋ ਨਾ ਪਹਿਲਾਂ ਤੁਹਾਡੇ ਤੋਂ ਪੈਪਸੀ ਦੀ ਪੂਰੀ ਬੋਤਲ ਪੀ ਕੇ ਛਾਤਰਾ ਲੱਗ ਗਿਆ ਕਿਉਂ ਗੈਸ ਚੜ੍ਹਦੀ ਸੀ ਭਾਈ ਨੇ ਦੇਖੋ ਤੁਸੀਂ ਗੱਲਾਂ ਪਤਾ ਨਹੀਂ ਉੱਡੀ ਨਾਲ ਹੀ ਨਿਕਲ ਗਿਆ ਉਹ ਪਿਛਲੇ ਤਾਰਾਂ 'ਚ ਫਸਿਆ ਸੀ ਭਾਜੀ ਕਦੀ ਮੋਟਰਸਾਈਕਲ ਤੋਂ ਆਉਣਗੇ ਉਹ ਉਹਨੇ ਪੈਪ ਤਾਂ ਡੈਲ ਕਰਤਾ ਹੋਵੇ ਯਾਰ ਤੂੰ ਕੀ ਕਹਿਣਾ ਭਾਈ ਇਹਨਾਂ ਨੂੰ ਆਦੋ ਕਜਨੀ ਕਦੀ ਨਾਤੇ ਹੋ ਮੈਂ ਨਾਤਾ ਵੀ ਹੋ ਜਾ ਨਾ ਨਾਤਾ ਵੀ ਹੋ ਜਾ ਹਾਂ ਸਹੀ 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 ਤੇ ਤੁਸੀਂ ਭਾਜੀ ਇਹ ਜਦੋਂ ਪੈਦਾ ਹੋਏ ਨੇ ਆਹੋ ਤਾਈ ਨੇ ਪੈਸੇ ਨਹੀਂ ਲੈ ਕਦੀ ਪੈਣਾ ਤਾਂ ਮੈਂ ਕੀ ਲਵਾਂ ਯਾਰ ਭਾਜ ਤੂੰ ਕੀ ਗੱਲਾਂ ਹੀ ਕਰੀ ਜਾਂਦਾ ਪ੍ਰੋਣਾ ਹੈਗਾ ਤੂੰ ਤੇ ਪੈਦਾ ਹੋਇਆ ਕੁਛ ਨੇ ਵਧਾਈ ਲੈਣ ਆਏ ਨੇ ਹਲਾ ਕੁਛ ਨੇ ਬੱਚਾ ਵੇਖ ਕੇ ਕਹਿੰਦੇ ਦੀਦੀ ਪੂਰਾ ਜੰਮ ਲੋ ਅਸੀਂ ਬੈਠੇ ਆਂ ਸਾਨੂੰ ਕੋਈ ਏਡੀ ਕਾਲੀ ਇਹ ਜਦੋਂ ਪੈਦਾ ਹੋਇਆ ਤੇ ਇਹਨੇ ਪਿਓ ਨੇ ਤਾਈ ਨਹੀਂ ਹੋਇਆ ਮੈਂ ਚੱਲ ਜਾ ਕੋਈ ਦੇ ਜੇ ਉਹ ਹੱਟ ਤੋਂ ਆਇਆ ਤਾਈ ਨਹੀਂ ਹੋਇਆ ਸਮੇਂ ਦਾ ਗੱਲ ਕੋ ਮੈਂ ਕਰ ਰਹਾ ਭਾਈ ਹਾਂ ਕਰ ਰਹਾ ਨਹੀਂ ਕਰ ਮੈਂ ਪੈਦਾ ਹੋਇਆ ਤੇ ਇਹਦੇ ਪਿਓ ਨੇ ਤਾਈ ਨੂੰ ਕੀ ਹੈ ਕਹਿੰਦੀ ਪਤਾ ਨਹੀਂ ਵੀਰੇ ਬਸ ਸੋਟਾ ਆਏ ਜਦੋਂ ਪੈਦਾ ਹੋਇਆ ਤਾਂ ਆਈ ਨਹੀਂ ਪੁੱਛਿਆ ਗੱਲਾਂ ਕੀ ਹੋਇਆ ਕਹਿੰਦੀ ਪੁੱਤਰ ਪਤਾ ਨਹੀਂ ਅਜੇ ਹੋ ਹੀ ਜਾਂਦਾ ਜਦੋਂ ਆਇਆ ਹੋਇਆ ਆਏ ਜਦੋਂ ਆਇਆ ਹੋਇਆ ਜਦੋਂ ਪੈਦਾ ਹੋਣ ਵਾਲਾ ਸੀ ਆਪਾਂ ਦਰਬਾਰ ਚ ਗਿਆ ਕਹਿੰਦਾ ਬਾਬਾ ਜੀ ਮੇਰੇ ਘਰ ਪੁੱਤਰ ਹੋਵੇ ਮੈਂ ਤੁਹਾਡੇ ਤੇ ਚਾਦਰ ਚੜਾਵਾਂ ਇਹ ਜਦੋਂ ਪੈਦਾ ਹੋਇਆ ਉਹਨੇ ਜੱਪੇ ਨੇ ਤਾਂ ਮੂੰਹ ਵੇਖਿਆ ਨੇ ਬਾਬੇ ਤੇ ਗੱਡੀ ਚੜਾ ਦਿੱਤੀ ਮੈਂ ਕਿਹਾ ਇਹ ਗੱਲ ਭਾਈ ਨਾ ਸਾਡੀ ਗੱਲ ਹੋ ਰਹੀ ਹੈ ਬਰੌਣ ਇਬਰਾਹਿਮ ਆਪਾਂ ਆਪਾਂ ਇਹਨੂੰ ਜਗਾ ਨੇ ਬਰੌਣ ਇਬਰਾਹਿਮ
ਕੋਈ ਇੰਨੀਆਂ ਦੁੱਕਾਂ ਕੀਤੀਆਂ ਇੱਕ ਮੈਂ ਕਰਾਂ ਉਹ ਕੀ ਗੱਲ ਚਾਹਦਾ ਤੂੰ ਕਿਤੇ ਹਸਪਤਾਲ ਦਾਖਲ ਸੀ ਇਹਨੂੰ ਬੋਤਲ ਲੱਗੀ ਸੀ ਮੈਂ ਖਬਰ ਲੈਣ ਗਿਆ ਬੋਤਲ ਲੰਮੀ ਪਈ ਸੀ ਇਹਨੂੰ ਟੰਗਿਆ ਮੈਂ ਕਿਹਾ ਇਹ ਕੀ ਹੋਇਆ ਕਹਿੰਦਾ ਜੀ ਵੱਧ ਲੱਗੀ ਅਸੀਂ ਕੱਢਣ ਡੇ ਨਚੋੜ ਕੇ ਕੱਢਿਆ ਟੀਕਾ ਲਵਾਉਣ ਗਿਆ ਡਾਕਟਰ ਨੇ ਟੀਕਾ ਖਿੱਚਿਆ ਤੇ ਅੰਦਰ ਲੰਘ ਗਿਆ ਇੰਨਾ ਬਿਮਾਰ ਰਹਿੰਦਾ ਹੁਣ ਆਪਣਾ ਐਕਸਰੇ ਆਪ ਕਰ ਲੈਂਦਾ ਅੱਛਾ ਇੰਨੀ ਟ੍ਰੇਨਿੰਗ ਹੋ ਗਈ ਇਹਨੇ ਤੇ ਕੁਰਬਾਨੀ ਵੀ ਦਿੱਤੀ ਹੀ ਤੇ ਇਹਦੀ ਵੱਖੀ ਚੰਡੀ ਪੱਥਰੀ ਅੱਛਾ ਡਾਕਟਰ ਨੇ ਦਵਾਈ ਨਹੀਂ ਇਹਨੂੰ ਥੋੜੀ ਲੈ ਕੇ ਦਿੱਤੀ ਹੁਣ ਕਿ ਮਾਰਦਾ ਨਹੀਂ ਆਪੇ ਟੁੱਟ ਕੇ ਨਿਕਲ ਜਾਏ ਯਾਰ ਭਾ ਯਾਰ ਹੁਣ ਇੱਕ ਜਗ੍ਹਾ ਮੈਂ ਕਰਾਂ ਕਰੋ ਕਰੋ ਇੱਕ ਬੰਦੇ ਨੇ ਤੇ ਵੱਖੀ ਚ ਕਸੂਨ ਮਾਰਿਆ ਉਹਦਾ ਹੱਥ ਟੁੱਟ ਗਿਆ ਕਿਉਂ ਪੱਥਰੀ ਤੇ ਵੱਜ ਗਿਆ ਓ ਯਾਰ ਚੁਗਲ ਕਰਨੀ ਚਲ ਠੀਕ ਹੈ ਮਾਰੀ ਸ਼ਰ ਉਹਨੇ ਤਾਂ ਵੀ ਹੱਥ ਬੰਨਣਾ ਵੀ ਬੰਦ ਹੈ ਪਹਿਲੇ ਨਾ ਬੋਲੇ ਗੱਲ ਮੁੱਕਣੀ ਤੋਂ ਬਾਅਦ ਮੇਰੀ ਫਿਰ ਤੇਰੀ ਆਉਣੀ ਫਿਰ ਤੇਰੀ ਪਹਿਲਾਂ ਨਾ ਫੜ ਲੈਣਾ ਗੱਲ ਵੀ ਨਾ ਕੀਤੀ ਹੋਵੇ ਤਾਂ ਤੁਸੀਂ ਵਿੱਚੇ ਸ਼ੁਰੂ ਹੋ ਜਾਓ ਪਹਿਲੇ ਉਹਨੂੰ ਕਰ ਲੈਂਦੇ ਉਹਦੀ ਜਦੋਂ ਮੁੱਕਣੀ ਉਸ ਤੋਂ ਬਾਅਦ ਕਰੋ ਜੀ ਚੱਲ ਯਾਰ ਕਰ ਲੈਣ ਦੇ ਇਸ ਗੱਲ ਯਾਰ ਉਹ ਚੱਲ ਪਏ ਯੂ ਚੱਲ ਪਏ ਚੱਲ ਨਹੀਂ ਗੱਲ ਸੁਣੋ ਅੱਛਾ ਠੀਕ ਹੈ ਹਾਂ ਤੇ ਤੋਂ ਬਾਅਦ ਹੈ ਮੇਰੀ ਵਾਰੀ ਹਾਂ ਜਦੋਂ ਤੇਰੀ ਗੱਲ ਮੁੱਕਣੀ ਉਦੋਂ ਤਾਂ ਮੈਂ ਫੜਨਾ ਹਾਂ ਜਦੋਂ ਤੇਰੀ ਗੱਲ ਮੁੱਕ ਜਾਣੀ ਉਦੋਂ ਮੈਂ ਫੜਨਾ ਸਹੀ ਲੇਕਿਨ ਮੈਨੂੰ ਪਤਾ ਤਾਂ ਲੱਗਣਾ ਜਦੋਂ ਤੇਰੀ ਗੱਲ ਮੁੱਕਣੀ ਹਾਂ ਠੀਕ ਹੈ ਤੂੰ ਇਸ਼ਾਰਾ ਕਰਦੀ ਤੂੰ ਇੰਜ ਕਰਦੀ ਹੈ ਠੀਕ ਹੈ ਜਦੋਂ ਤੂੰ ਇੰਜ ਕਰਨਾ ਉਦੋਂ ਮੈਂ ਫੜਨਾ ਚਲੋ ਠੀਕ ਇਹ ਨਾ ਹੋਵੇ ਤੂੰ ਇੰਜ ਕਰੇਗੀ ਨਾ ਮੈਂ ਵੇਖਦਾ ਇੰਜ ਕਰਦਾ ਹੀ ਉਦੋਂ ਗੱਲ ਕਿਉਂਕਿ ਤੇਰੀ ਗੱਲ ਤੈਨੂੰ ਪਤਾ ਕਿੱਥੇ ਮੁੱਕਣੀ ਬੋਲੇ ਨਾ ਪਿਓ ਮਰ ਗਿਆ ਇਹਦੀ ਮਾਂ ਤੇ ਯਾਰ ਭਾਜੀ ਕਦੀ ਦੋਸਤਾਂ ਨੇ ਸ਼ੁਗਲ ਨਹਿਰ ਚ ਧੱਕਾ ਦਿੱਤਾ ਹੋਵੇ
ਹੀ ਹੋ ਜਾਂਦਾ ਮੈਂ ਚੁੱਪ ਲਿਖਦਾ ਯਾਰ ਤੁਸੀਂ ਲਿਆ ਕੇ ਰੱਖ ਲਓ ਅੰਦਰ ਆ ਮੈਂ ਬੋਲ ਰਿਹਾ ਯਾਰ ਕਿਰਾਇਆ ਦੇ ਲੈ ਕੇ ਭਾਈ ਭਾਈ ਚੰਨ ਦਾ ਸਹੀ ਕੀ ਹੋ ਭਾਜੀ ਆਹੀ ਕਦੀ ਮਹੱਲੇ 'ਚ ਕਿਸੇ ਨੇ ਪਾਣੀ ਵਾਲੇ ਛਾਪਰ ਮਾਰਿਆ ਹੋਵੇ ਆਹੋ